ਸਮਸੋੜਾਂ ਵਿੱਚ ਗਿਆ ਹੈ ਨੌਵੇਂ ਮਹੀਨੇ ਗਿਆ ਰੋਜੀ ਰੋਟੀ ਵਾਸਤੇ ਬਾਹਰ ਗਿਆ ਸੀ ਉੱਥੇ ਜਾ ਕੇ ਐਕਸੀਡੈਂਟ ਹੋ ਗਿਆ ਸੀ ਹਾਂਜੀ ਬਾਹਰ ਕਿੱਥੇ ਗਿਆ ਬਸ 사ウਦੀ ਅਰਬ ਗਿਆ ਸੀ ਮੇਰੇ ਜੀ ਗਾਰੀ ਦੀ ਮਾਰ ਚੱਲਦਿਆਂ ਰੋਜੀ ਰੋਟੀ ਵਾਸਤੇ 사ウਦੀ ਅਰਬ ਗਿਆ ਸੀ ਉੱਥੇ ਟਰੱਕ ਡਰਾਈਵਰ ਡਰਾਈਵਰੀ ਕਰਦਾ ਸੀ ਤੇ 21 ਤਰੀਕ ਨੂੰ ਉਹਦਾ ਉੱਥੇ ਰੋਡ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਉਹਦੀ मौके ਤੇ ਹੀ ਮੌਤ ਹੋ ਗਈ ਸੀ 사우디아라비ਏ ਚ ਇੱਕ ਸੜਕ ਹਾਦਸੇ ਦੌਰਾਨ ਹੋਈ ਅਜਨਾਲਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੀ ਮੌਤ ਪਰਿਵਾਰਕ ਮੈਂਬਰਾਂ ਨੇ ਸਰਕਾਰ ਅੱਗੇ ਲਾਈ ਕੋਹਾੜ ਉਹਨਾਂ ਦੇ ਪੁੱਤ ਦੀ ਤੇ ਭਾਰਤ ਲਿਆਂਦੀ ਜਾਵੇ ਸਾਡਾ ਪਰਮਜੀਤ ਸਿੰਘ ਜੋ ਆਪਣੇ ਸੰਸੋਲਾਂ ਵਿੱਚ ਗਿਆ ਹੈ 9 ਮਹੀਨੇ ਗਿਆ ਰੋਟੀ ਰੋਜੀ ਵਾਸਤੇ ਬਾਹਰ ਗਿਆ ਹੈ ਉੱਥੇ ਜਾ ਕੇ ਐਕਸੀਡੈਂਟ ਹੋ ਗਿਆ ਹੈ ਹਾਂਜੀ ਬਾਹਰ ਕਿੱਥੇ ਗਿਆ ਹੈ ਬਾ 사우디아ਰਬ ਗਿਆ ਹੈ ਉਥੇ ਜਾਣ ਕਾਰਨ ਮੁਕਿ ਹੋਣ ਅਸਦੀ ਐਕਸੀਡੈਂਟ ਹੋਣ ਦਾ ਮੌਤ ਹੋਈ ਹੈ ਕਿੰਨੀ ਦਿਨ ਨੂੰ ਮੌਤ ਹੋਈ ਹੋਈ ਸੀ 21 ਮਾਰਚ ਨੂੰ ਹੋਈ ਹੈ ਹਾਂਜੀ ਤੇ ਹੁਣ ਜੇ ਸਵਾਤੇ ਆਹ ਕਿੰਨੇ ਵੀ ਸਰਕਾਰ ਤੋਂ ਮੰਗ ਕਰਨੇ ਆ ਇਹ ਡੱਡ ਬੜੀ ਪਾਤ ਲੰਦੀ ਹੈ ਨਵੀਰ ਪਰਮਜੀਤ ਸਿੰਘ ਸਾਡੇ ਕਿ ਤਿੰਨ ਸਾਲ ਪਹਿਲਾਂ ਬੇਰੋਜ਼ਗਾਰੀ ਦੀ ਮਾਰ ਚਲਦਿਆਂ ਰੋਜੀ ਰੋਟੀ ਵਾਸਤੇ 사우ਦੀ ਅਰਬ ਗਿਆ ਸੀ ਉੱਥੇ ਟਰੱਕ ਡਰਾਈਵਰ ਡ్రਾਈਵਰੀ ਕਰਦਾ ਸੀ ਤੇ 21 ਤਰੀਕ ਨੂੰ ਉਹਦਾ ਉੱਥੇ ਰੋਡ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਉਹਦੀ मौके ਤੇ ਹੀ ਮੌਤ ਹੋ ਗਈ ਸੀ ਤੇ ਬੜਾ ਗਹਿਰਾ ਸਦਮਾ ਲੱਗਾ ਪਰਿਵਾਰ ਨੂੰ ਤੇ ਸਾਰਾ ਪਿੰਡ ਇਸ ਸਦਮੇ ਦੇ ਵਿੱਚ ਹੈ ਤੇ ਵੇਖੋ ਆਪਣੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਹਾਲਾਤਾਂ ਨੂੰ ਵੇਖ ਕੇ ਬੰਦਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਸਤੇ ਰੋਜੀ ਰੋਟੀ ਦੀ ਖਾਤਰ ਵਿਦੇਸ਼ਾਂ 'ਚ ਜਾਂਦਾ ਹੈ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਉੱਥੇ ਵਿਚਾਰੇ ਦਾ ਰੋਡ ਐਕਸੀਡੈਂਟ ਹੋਇਆ ਜਿਹਦੇ ਨਾਲ ਉਹਦੀ मौके ਤੇ ਮੌਤ ਹੋ ਗਈ ਹੈ ਵਿਚਾਰੇ ਦੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਨੇ ਇੱਕ 7 ਸਾਲ ਦੀ ਹੋਊਗੀ ਇੱਕ 5 ਸਾਲ ਦੀ ਤੇ ਬੜਾ ਔਖਾ ਹੋ ਗਿਆ ਗੁਜ਼ਾਰਾ ਪਰਿਵਾਰ ਦਾ ਤੇ ਅਸੀਂ ਸਰਕਾਰ ਤੋਂ ਇਹੋ ਮੰਗ ਕਰਦੇ ਹਾਂ ਵੀ ਜੇ ਕੋਈ ਸਪੈਸ਼ਲ ਉਡਾਨਾਂ ਚਲਦੀਆਂ ਨੇ ਤੇ ਉਹਦੀ ਡੈੱਡ ਬੋਡੀ ਜਿਹੜੀ ਵਾਪਸ ਇੱਥੇ ਜੱਦੀ ਪਿੰਡ ਕੋਟਲੀ ਅੰਮ੍ਰਿਤਸਰ ਮੰਗਾਈ ਜਾਵੇ ਤਾਂ ਕਿ ਜਿਹੜੇ ਅੰਤਮ ਰਸਮਾਂ ਉਹਨਾਂ ਦੀਆਂ ਪਰਿਵਾਰ ਪੂਰੀਆਂ ਕਰ ਸਕੇ ਤੇ ਜੇ ਨਹੀਂ ਚੱਲਦੀ ਸਪੈਸ਼ਲ ਕੋਈ ਉਡਾਨ ਤਾਂ ਜਦੋਂ ਲਾਕਡਾਊਨ ਖੁੱਲਦਾ ਹੈ ਤੇ ਤੁਰੰਤ ਉਹਦੀ ਡੈੱਡ ਬੋਡੀ ਜਿਹੜੀ ਵਾਪਸ ਮੰਗਾ ਕੇ ਸਰਕਾਰ ਪਾਸੋਂ ਬੇਨਤੀ ਹੈ ਸਾਡੀ ਪ੍ਰਸ਼ਾਸਨ ਪਾਸੋਂ ਵੀ ਸਾਡੀ ਬੇਨਤੀ ਹੈ ਅੰਬੈਸੀ ਨੂੰ ਵੀ ਸਾਡੀ ਇਹੋ ਬੇਨਤੀ ਸਾਰੇ ਪਿੰਡ ਦੀ ਇਹੋ ਮੰਗਿਆ ਵੀ ਸਾਡੇ ਜਿਹੜਾ ਨੌਜਵਾਨ ਵੀਰ ਪਰਮਜੀਤ ਸਿੰਘ ਜੀ ਦੀ ਡੈਥ ਹੋਈ ਹੈ ਉਹਦੀ ਡੈੱਡ ਬੋਡੀ ਵਾਪਸ ਮੰਗਾ ਕੇ ਤੇ ਉਹਦੀਆਂ ਅੰਤਮ ਰਸਮਾਂ ਜਿਹੜੀਆਂ ਜੱਦੀ ਪਿੰਡ ਵਿੱਚ ਹੀ ਪੂਰੀਆਂ ਕੀਤੀਆਂ ਜਾਣ ਇਹੋ ਸਰਕਾਰ ਪਾਸੋਂ ਬੇਨਤੀ ਕਰਦੇ ਆਂ ਸਾਡਾ ਜੋ ਭਰਾ ਸੀਗਾ ਪਰਮਜੀਤ ਸਿੰਘ ਜੋ ਸਾਡੇ ਇੱਕ ਤਿੰਨ ਸਾਲ ਪਹਿਲਾਂ ਰੋਜੀ ਰੋਟੀ ਦੀ ਖਾਤਰ 사ウਦੀ ਅਰਬ ਗਿਆ ਸੀਗਾ ਜੀ 21 ਮਾਰਚ 2020 ਨੂੰ ਉਹਦਾ ਰੋਡ ਐਕਸੀਡੈਂਟ ਹੋ ਗਿਆ ਉੱਥੇ ਤੇ ਮੌਕੇ ਤੇ ਉਹਦੀ ਡੈੱਡ ਉਹ ਡੈਥ ਹੋ ਗਈ ਆ ਜੀ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆਂ ਕਿ ਉਹਦੀ ਜਿਹੜੀ ਡੈੱਡ ਬੋਡੀ ਆ ਵਾਪਸ ਇੱਥੇ ਸਾਡੇ ਪਿੰਡ ਕੋਟਲੀ ਅੰਬ ਲਿਆਂਦੀ ਜਾਵੇ ਤੇ ਅਸੀਂ ਉਹਦੀਆਂ ਅੰਤਮ ਰਸਮਾਂ ਪੂਰੀਆਂ ਕਰ ਸਕੀਏ ਬਾਕੀ ਪ੍ਰਸ਼ਾਸਨ ਤੋਂ ਇਹ ਵੀ ਮੰਗਿਆ ਪਿਓ ਦੇ ਬੱਚਿਆਂ ਨੂੰ ਜੋਗ ਜਿਹੜਾ ਮੁਆਵਜ਼ਾ ਵੀ ਦਿੱਤਾ ਜਾਵੇ ਤਾਂ ਜੋ ਉਹਨਾਂ ਦਾ ਮਤਲਬ ਵੀ ਕੱਲ ਨੂੰ ਆਉਣ ਵਾਲਾ ਕੱਲ ਭਵਿੱਖ ਵਧੀਆ ਹੋ ਸਕੇ ਕਿੰਨੇ ਬੱਚੇ ਹੋਣਗੇ ਦੋ ਬੇਟੀਆਂ ਜੀ ਹਾਂਜੀ ਗੁਰਪਾਣੀ ਅਖੰਡ ਪਾਣੀ ਵਾਸਤੇ ਅਚਨਾਲਾ ਤੋਂ ਜਗਜੀਤ ਸਿੰਘ ਅਚਨਾਲਾ ਦੀ ਰਿਪੋਰਟ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ ਸੱਤਾ ਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਪਾਣੀ ਅਖੰਡ ਪਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਡਰੈਕ